l'ho pegato! Ho pegato! Hanji Shahji! Saalya, jidda tera pinda tu pagairta! O badmaash ha! Aur teri bhain da khasam ha! O sidhe ho jao lander paun wali bala aa gayi! ਬਕਵਾਸ ਬੰਦ ਕਰ ਓ ਬੂਆ ਬੰਦ ਕਰ ਓਏ ਤੂੰ ਮੈਨੂੰ ਨਹੀਂ ਜਾਣਦਾ ਓਏ ਤੂੰ ਪਿਓ ਤੋਂ ਚੋਰੀ ਜੰਮਿਆ ਓਏ ਓਏ ਜੱਟ ਦੇ ਖਰਾਬ ਨੂੰ ਪੂਰਾ ਪੰਜਾਬ ਜਾਣਦਾ ਹੈ ਤੇ ਜਾਣਦਾ ਰਵੇ ਮੇਰੇ ਕੰਨ ਨੂੰ ਜੱਟ ਬੜੀ ਫਿਰਦਾ ਹੀ ਤੂੰ ਹੈ ਕੌਣ ਓਏ ਓ ਤੂੰ ਉਦੋਂ ਸੁੱਤਾ ਹਾਂ ਤੂੰ ਨਹੀਂ ਮੈਨੂੰ ਪਛਾਣਿਆ ਜੱਟ ਵੇਖ ਲਾ ਮੀਂਹ ਦਾ ਬੁਰਖਾ ਪਾ ਕੇ ਸਾਲਾ ਆ ਗਿਆ ਓਏ ਜੱਟ ਨਾਲ ਮਖੌਲ ਕਰਨਾ ਕਿਹੜਾ ਮਾਰਦਾ ਹੈ ਓ ਜੱਟ ਨਾਲ ਖੁਰਕ ਕਰਨੀ ਹੈ ਜਾ ਇੱਥੇ ਲੱਛਾ ਲਾ ਕੇ ਯਾਦਗਾਰ ਵੇਚਿਆ ਕਰ ਤੇਰਾ ਮੇਰਾ ਤਾਰਫ ਨਹੀਂ ਤੂੰ ਮੈਨੂੰ ਜਾਣਦਾ ਨਹੀਂ ਮੈਂ ਕੌਣ ਹਾਂ ਤੈਨੂੰ ਜਾਣਦਾ ਨਹੀਂ ਤੂੰ 100 ਦਾ ਨੋਟ ਬਣਾਇਆ ਤੈਨੂੰ ਨਹੀਂ ਜਾਣਦਾ ਤੇਰੀਆਂ 9 ਭੈਣਾਂ ਆਪੇ ਦੌੜ ਗਈਆਂ ਤੈਨੂੰ ਨਹੀਂ ਜਾਣਦਾ ਜਿੱਡਾ ਤੇਰਾ ਮੂੰਹ ਇੱਥੇ ਕਮਰੇ ਪਾ ਕੇ ਜੂਆ ਕਰਾਇਆ ਕਰ ਅਸੀਂ ਜਨਾਬ ਤੁਹਾਡੇ ਕੁੱਤੇ ਜਨਾਬ ਤੁਸੀਂ ਸਾਡੇ ਗੂਲੀ ਹੋ ਓਏ ਕੀ ਬਕਵਾਸ ਕਰਨਾ ਪਿਆ ਬਦਮਾਸ਼ ਵੇਖ ਯਾਰ ਬਦਮਾਸ਼ ਹੀ ਆ ਇਹ ਘਰ ਨਹੀਂ ਸੀ ਸੌਂਦਾ ਚਪੂਰਜੀ ਸੌਂਦਾ ਜਦੋਂ ਦਾ ਪੱਥਰ ਗਰੁੱਪ ਨਿਕਲਿਆ ਉਦੋਂ ਦਾ ਘਰ ਬੜਿਆ ਮੰਜੀ ਕਿਰਾਏ ਤੇ ਚਾੜੀ ਆ ਭਾਵੇਂ ਸਾਲਾ ਮਰ ਜਾਵੇ ਮੇਰੇ ਲੈ ਕੋਈ ਕਾਦੀ ਖਰਮਤ ਤੂੰ ਇਸ ਤਰ੍ਹਾਂ ਕਰ ਫਿਰ ਜੱਟ ਤੇਰਾ ਮੇਰਾ ਮਜ਼ਾਕ ਹੈ ਮਜ਼ਾਕ ਦੰਦ ਕਾਹਦੇ ਲਈ ਕੱਢਣ ਨੇ ਤੂੰ ਆਰਾ ਮੇਰਾ ਮਜ਼ਾਕ ਤੇ ਨਹੀਂ ਨਾ ਹੈਗਾ ਕਾਹਦੇ ਲਈ ਦੰਦ ਕੱਢਣ ਨੇ ਮਾਮੇ ਹਾਂ ਮੈਂ ਤੇਰਾ ਪਤਾ ਕਿਉਂ ਯਾਦ ਕਰਦਾ ਤੁਹਾਡੇ ਜਾਂਦਾ ਰਹਿੰਦਾ ਹਨਾ ਜਾਂਦਾ ਨਹੀਂ ਜਾਂਦਾ ਤੇਰੇ ਵਰਗੇ ਮੁੰਡੇ ਵੇਲੇ ਕਵੇਲੇ ਕੰਮ ਆ ਜਾਂਦੇ ਨੇ ਬੜੇ ਬੜੇ ਬਗੈਰਤ ਵੇਖੇ ਲੇਕਿਨ ਇਹ ਆਖਰੀ ਬਖਸ਼ਾ ਜੀ ਵੇਖਿਆ ਇਹ ਆਖਰੀ ਅੱਲਾ ਦੀ ਕਸਮੇ ਆਖਰੀ ਬਗੈਰਤ ਇਹ ਨਹੀਂ ਵੇਖਦਾ ਕੋਈ ਵੀ ਆਵੇ ਸਭ ਨੂੰ ਇੱਕੋ ਲਾਈਨ ਤੇ ਲਾਈ ਜਾਂਦਾ ਟ੍ਰੇਨ 'ਚ ਬੈਠਿਆ ਇੱਕ ਮਾਈ ਬੋਤਲ ਪੀ ਕੇ ਰੱਖ ਦਵੇ ਫਿਰ ਰੱਖ ਦਵੇ ਇਹ ਬੋਤਲ ਚੁੱਕ ਕੇ ਇਕਦਮ ਪੀ ਗਿਆ ਕਹਿੰਦਾ ਮਾਂ ਜੀ ਇਸ ਤਰ੍ਹਾਂ ਪੀ ਦੀ ਮਾਈ ਕਹਿੰਦੀ ਮੈਂ ਤੇ ਇਹਦੇ 'ਚ ਥੁੱਕਦੀ ਰਹੀ ਕਿੱਡਾ ਭਾਈ ਇਹਦੇ ਇੱਕ ਸਾਲ ਪੀ ਗਿਆ ਟ੍ਰੇਨ 'ਚ ਬੈਠਾ ਬੱਤੀ ਤੁਰ ਗਈ ਮੇਰੀ ਅੱਖ ਲੱਗ ਗਈ ਤੇ ਟੀਟੀ ਕੋ ਛਿੱਤਰ ਖਾਣ ਡਿਆ ਮੈਂ ਕਿਹਾ ਜੀ ਖੈਰ ਆ ਟੀਟੀ ਕਹਿੰਦਾ ਜੀ ਮੈਨੂੰ ਘੰਟੇ ਤੋਂ ਪੁੱਛੀ ਜਾਣ ਡਿਆ ਤੁਸੀਂ ਕਿੱਥੇ ਜਾਣਾ ਉਹਨੇ ਤੁਹਾਡੇ ਘਰ ਲੈਣਾ ਸੀ ਇਹ ਤੇਰਾ ਮੇਰਾ ਤਾਲ ਤੋਂ ਹੋਇਆ ਤੂੰ ਇਸ ਤਰ੍ਹਾਂ ਵਾਕੇ ਸੁਣਾਉਂਦੇ ਆ ਜਿਵੇਂ ਮੈਂ ਤੇਰੀ ਭੈਣ ਦਾ ਗੁੰਮਸ਼ੁਦਾ ਖਾਵਾਂ ਤਾਂ ਗੱਲ ਇਹੋ ਜੀ ਕਰੇਗਾ ਬਗੈਰਤੀ ਵਾਲਾ ਪਿੰਡਾ ਨਾ ਹਾਂ ਤੂੰ ਤੇ ਕੀ ਬੂਤ ਤਾਲਣ ਜਾਂ ਕਰਨ ਦੀ ਆ ਹੀਰਾ ਵੱਡੀ ਆਪਣੀ ਕੁੜੀ ਨੂੰ ਲੈ ਕੇ ਫਿਰਨ ਡਿਆ ਮੈਂ ਕਿਹਾ ਖੈਰ ਆ ਪਾਵੇ ਖਾਣ ਆਇਆ ਕਹਿੰਦਾ ਨਹੀਂ ਮੁੱਲ ਲਵਾਉਣ ਆਇਆ ਸਾਲੇ ਉਹ ਯਾਮਾ ਸੀ ਇਹ ਵੀ ਹੀਰਾ ਮੰਡੀ ਆਪਣੀ ਭੈਣ ਨੂੰ ਲੈ ਕੇ ਫਿਰ ਰਿਹਾ ਸੀ ਮੈਂ ਕਿਹਾ ਖੈਰ ਇਹ ਕਹਿੰਦਾ ਚੈੱਕ ਕਰਵਾਉਣ ਆਇਆ ਇਹ ਵੀ ਉੱਤੇ ਹੀ ਫਿਰਨ ਡਿਆ ਮੈਂ ਕਿਹਾ ਖੈਰ ਕਹਿੰਦਾ ਬਾਜੀ ਦੇ ਟੈਸਟ ਹੋਣ ਡਏ ਇੱਧਰ ਹੋਰ ਕਿਹੜੇ ਟੈਸਟ ਕਰ ਗਿਆ ਗੁੱਸਾ ਕਿਹੜੇ ਟੈਸਟ ਵੇ ਬੈਠ ਤਾਂ ਜਿਆ ਬੜਾ ਹੌਸਲਾ ਵੀ ਐਡੀ ਡਾਂਗ ਲਈ ਫਿਰਨ ਡਿਆ ਚੱਲ ਮੈਂ ਤੇ ਜਵਾਨ ਆ ਡਾਂਗ ਲੱਲੀ ਤੂੰ ਤੇਰੀ ਗੁੱਲੀ ਨਹੀਂ ਲੈ ਸਕਦਾ ਅੱਲਾ ਤੁਹਾਡੇ ਘਰ 'ਚ ਨਸੀਬ ਕਰੇ ਗੁੱਸਾ ਲੈ ਕੇ ਉੱਥੇ ਰੱਖਣ ਵਾਲਿਆਂ ਨਾਲ ਤਸਮੇ ਦਿਓ ਰਾਵੀ ਤੇ ਗਿਆ ਕਿਸ਼ਤੀ 'ਚ ਪਾ ਕੇ ਕਹਿੰਦਾ ਮੈਨੂੰ ਇੱਕ ਬਾਲ ਡਾਊਨ ਲਾ ਦਿਓ ਜਿਹੜੀ ਤੇਰੇ ਪਿਓ ਦੀ 9 ਨੰਬਰ ਵੈਗਨ ਸੀ ਅਸੇ ਹੋਰ ਗੱਲਾਂ ਦੀਆਂ ਗੱਲਾਂ ਬੰਦਾ ਤੂੰ ਬਗੈਰਤ ਸੀ ਬਸ ਆਹੀ ਕਹਿਣਾ ਸੀ ਨਹੀਂ ਮੈਂ ਕਹਿਣਾ ਸੀ ਕਿ ਬੱਚਾ ਤੂੰ ਹਰਾਮ ਦਾ ਹੀ ਤੂੰ ਕੀ ਸਮਝਿਆ ਤੂੰ ਕੱਲਾ ਹੀ ਆ ਇਹਦੇ ਬਦਮਾਸ਼ ਦੇ ਘਰ 4 ਸਾਲ ਬਾਅਦ ਧੀ ਹੋਈ ਆਪਣੀ ਬੁੱਢੀ ਨਾਲ ਲੜ ਪਿਆ ਤੈਨੂੰ ਕਿਹਾ ਮੁੰਡਾ ਹੁਣ ਉਹਨੇ ਕਿਹਾ ਤੁਹਾਡੀ ਆਸ ਰਹਿੰਦੀ ਇਹ ਵੀ ਕਿਸੇ ਹੋਣੀ ਛੱਡ ਦੇ ਡਾਕਟਰ ਨੂੰ ਕਹਿੰਦਾ ਮੇਰੇ ਘਰ ਔਲਾਦ ਹੋਈ ਜਾਂਦੀ ਡਾਕਟਰ ਕਹਿੰਦਾ ਕੁੰਡੀ ਮਾਰ ਕੇ ਸੌਂਿਆ ਕਰ ਪੀਸੀ ਹੋਟਲ ਦਾ ਦਰਵਾਜ਼ਾ ਖੋਲ ਕੇ ਕਹਿੰਦਾ ਹਸਪਤਾਲ ਵਾਹਵਾ ਬਣਿਆ ਤੈਨੂੰ ਨਹੀਂ ਪਤਾ ਤੇ ਗੱਲਾਂ ਕਿੱਥੇ ਬੈਠ ਗਈ ਤੁਹਾਡੇ ਘਰ ਬਣਾਉਣਾ ਰਹਿੰਦਾ 2:30 ਵਜੇ ਤੋਂ ਬਾਅਦ ਮੇਰੇ ਬਿੱਲ ਅੱਬਾ ਦੱਸਣਾ ਜੀ ਤਰੀਕ ਤੇ ਕਰਨੀ ਸੀ ਬਿੱਲ ਕਹਿੰਦਾ ਮੁੰਡਾ ਅੱਛਾ ਪਰ ਤੁਹਾਨੂੰ ਨਹੀਂ ਮਿਲਦਾ ਬਸ 200 ਵੱਧ ਦੇ ਗਿਆ ਇਹਦਾ ਨਹਿਰ ਚ ਡੁੱਬ ਕੇ ਮਰ ਚਲਾ ਸਾ ਸਾਰੇ ਟੂਪਾਂ ਸੁੱਟ ਕੇ ਨਾ ਆਉਂਦੇ ਮਾਮਾ ਟੈਰ ਸੁੱਟ ਕੇ ਬਹਿ ਗਿਆ ਉਹ ਕਹਿੰਦਾ ਦੋਤੇ ਆਉਂਦੇ ਹੋਰ ਤੈਨੂੰ ਨਗਦ ਆਉਣੇ ਸੀ ਟ੍ਰੇਨ ਦੇ ਵਿੱਚ ਬੈਠਾ ਡੱਬੇ ਚੋਂ ਮੂੰਹ ਕੱਢ ਕੇ ਪਿਛਲੇ ਨੂੰ ਪਹਿਲਾਂ ਸਾਡੇ ਤੋਂ ਅੱਗੇ ਨਿਕਲ ਕੇ ਵਹਾਓ ਹੋਰ ਕੋ ਮੇਰੇ ਲੈ ਇਸ ਤਰ੍ਹਾਂ ਕਰ ਮੇਰੇ ਲੈ ਕੋ ਖਿਦਮਤ ਖਿਦਮਤ ਕਰਨੀ ਆ ਕੁੱਤੇ ਦੇ ਪੁੱਤਰਾ ਬੇਇੱਜ਼ਤੀ ਕਰਨੀ ਆ ਇਹ ਸਾਰੇ ਇਹ ਖਿਦਮਤ ਹੈ ਤੇ ਫਿਰ ਬੇਇੱਜ਼ਤੀ ਕਿਹਦਾ ਨਾ ਇਸੇ ਕੰਮ ਦੇ ਤੂੰ ਪੈਸੇ ਲੈਣਾ ਹੋਰ ਤੂੰ ਦਿਲ ਦਾ ਡਾਕਟਰ ਆਪਣੇ ਮਾਂ ਦਾ ਦੱਸ ਤੂੰ ਕਿੰਨੇ ਪੈਸੇ ਲੈਣਾ ਮੈਂ ਜਿੰਨੇ ਮਰਜ਼ੀ ਅੱਲਾ ਦੀ ਦੇਣ ਚੜਦੇ ਤੂੰ ਅੱਲਾ ਦੇ ਦੇਣ ਇੱਕ ਬੰਦੇ ਨੇ ਇਹਨੂੰ ਪੁੱਛਿਆ ਫੈਸਲਾ ਬਾਦ ਗਿਆ ਉਹਨੇ ਕਿਹਾ ਸੂਰਜ ਹੈ ਕਿ ਚੰਨ ਹੈ ਕਹਿੰਦਾ ਮੈਨੂੰ ਕੀ ਪਤਾ ਮਾਂ ਆਪ ਪਰਦੇਸੀ ਆ ਮਾਫੀ ਕਰਨਾ ਮੈਂ ਰਿਸ਼ਤਾ ਜਾਂ ਕੋਈ ਬੜੇ ਬੜੇ ਪਿੰਡੇ ਵੇਖੇ ਲੇਕਿਨ ਤਸੱਲੀ ਬਖਸ਼ਾਜੀ ਚੜਿਆ ਨਹੀਂ ਮਾਂ ਤੇਰੀ ਮੈਂ ਧੋਤੀ 'ਚ ਪਟਾਕਾ ਛੱਡ ਦੇਣਾ ਹੀ ਅੱਛਾ ਫਿਰ ਰੌਲਾ ਪਾਏਗਾ ਮੇਰਾ ਨਸੀਬ ਫੜ ਗਿਆ ਸਰਦੀਆਂ ਦੀ ਧੋਤੀ ਬੰਨ ਕੇ ਸੌਂ ਗਿਆ ਰਾਤ ਨੂੰ ਠੰਡ ਲੱਗੀ ਕੋਲ ਰਜਾਈ ਵੀ ਹੌਲੀ ਹੌਲੀ ਧੋਤੀ ਉੱਤੇ ਕਰਦਾ ਰਿਹਾ ਉਹਦੀ ਬੁੱਢੀ ਨੇ ਕਿਹਾ ਜੱਟ ਸਾਹਿਬ ਪਾਸਾ ਦੋ ਚਾਹ ਵਾਲਾ ਡੱਬਾ ਫੜਨਾ ਹੋਰ ਕੋ ਮੇਰੇ ਲੈ ਇਸ ਤਰ੍ਹਾਂ ਕਰ ਤੂੰ ਅੰਦਰ ਜਾ
ਤੇ ਆਪਣੀ ਭੈਣ ਨੂੰ ਕੋ ਮਿਲਦੀ ਕੋ ਸੈਕਸੀ ਜੀ ਸਕਣ ਵੀ ਬਣਾ ਤੇ ਘਰ ਦਾ ਪਤਾ ਦੇ ਦਿਓ ਨਾ ਉਹ ਤੇਰਾ ਸੱਤੂ ਪੀਣ ਵਾਲਾ ਕੋਈ ਨਾ ਮੇਰੇ ਮੈਕਡੋਨਲਡ ਗਿਆ ਕੈਚਅਪ ਵਾਲੀ ਟੂਟੀ ਨੱਪ ਕੇ ਸਾਲਾ ਉੱਥੇ ਹੱਥ ਧੋਣ ਦਿਆ ਉਹਨਾਂ ਕਿਹਾ ਬਾਜੀ ਆ ਕੈਚਅਪ ਵਾਲੀ ਆ ਚਮਨ ਆਈਸਕ੍ਰੀਮ ਵਾਲੇ ਕੋ 76 ਪੈਂਡੇ ਮੈਂ ਕਿਹਾ ਖੈਰ ਆ ਕਹਿੰਦੇ ਜੀ ਰੋਜ਼ ਆਰਡਰ ਦੇ ਕੇ ਦੌੜ ਜਾਂਦਾ ਅੱਛਾ ਵੀ ਪਿੱਛੋਂ ਵੀ ਚਵਲ ਹੀ ਆ ਬਾਈ ਈਦ ਤੇ ਬੱਕਰਾ ਲੈਣ ਗਿਆ ਕਹਿੰਦਾ ਕਿੰਨੇ ਦੇ ਹੋਣਗੇ 900 ਦਾ ਕਹਿੰਦਾ ਚੈਨਾ ਵਾਲਿਆਂ ਦਾ